a South Asian Canadian channel. ਕਹਿੰਦੇ ਨੇ ਕਿ ਮਿਹਨਤ ਜਿਹੜੀ ਹੈ ਉਹ ਕਦੇ ਨਾ ਕਦੇ ਰੰਗ ਜ਼ਰੂਰ ਲੈ ਕੇ ਆਉਂਦੀ ਹੈ ਇਸ ਤਰ੍ਹਾਂ ਦੀ ਵੇਖਣ ਨੂੰ ਮਿਲਿਆ ਪਟਿਆਲਾ ਦੇ ਵਿੱਚ ਜਿੱਥੇ ਪਟਿਆਲਾ ਦੇ ਵਿੱਚ ਤਿੰਨ ਭਰਾ ਛੋਟੇ ਹੁੰਦੇ ਤੋਂ ਲਗਾਤਾਰ ਕ੍ਰਿਕਟ ਦੇ ਵਿੱਚ ਉਹਨਾਂ ਕ੍ਰਿਕਟ ਦਾ ਜਨੂੰਨ ਜਿਹੜਾ ਸੀ ਉਹਨਾਂ ਦੇ ਵਿਚਕਾਰ ਇੰਨਾ ਜ਼ਿਆਦਾ ਸੀ ਕਿ ਉਹ ਇਕੱਠੇ ਖੇਡਦੇ ਸਨ ਅਤੇ ਇੱਕ ਚਾਹਤ ਸੀ ਕਿ ਕਦੇ ਨਾ ਕਦੇ ਉਹ ਆਪਣੀ ਟੀਮ ਦੇ ਲਈ ਕਦੇ ਇੰਡੀਅਨ ਟੀਮ ਦੇ ਲਈ ਉਹ ਸਿਲੈਕਸ਼ਨ ਹੋਵੇ ਇੰਡੀਅਨ ਟੀਮ ਦੀ ਸਿਲੈਕਸ਼ਨ ਤਾਂ ਫਿਲਹਾਲ ਅਜੇ ਤੱਕ ਨਹੀਂ ਹੋਈ ਲੇਕਿਨ ਭਾਰਤ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਮਹਾਕੁੰਭ ਕਿਹਾ ਜਾਣ ਵਾਲਾ IPL ਦੇ ਦੋ ਜਿਹੜੇ ਹੈਗੇ ਆ ਲੜਕੇ ਪਟਿਆਲਾ ਦੇ ਉਹਨਾਂ ਦਾ ਚੈਨ ਹੋਇਆ ਹੈਗਾ ਉਸ ਨੇ ਸਾਡੇ ਨਾਲ ਨੇ ਸਾਡੇ ਉਹਨਾਂ ਦੇ ਵਿੱਚ ਪ੍ਰਭਸਿਮਰਨ ਜਿਹੜੇ ਆ ਉਸ ਸਮੇਂ ਚੈਨਲ ਵਾਈ ਦੀ ਟੀਮ ਦੇ ਨਾਲ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਭਸਿਮਰਨ ਨੂੰ ਕਿੰਗਸ 11 ਪੰਜਾਬ ਨੇ ਵੱਡੀ ਬੋਲੀ ਦੇ ਕੇ ਲਗਭਗ 4,80,00,000 ਰੁਪਏ ਦੀ ਬੋਲੀ ਦੇ ਕੇ ਉਸ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਿਲ ਕੀਤਾ ਪ੍ਰਭਸਿਮਰਨ ਨਾਲ ਹੀ ਗੱਲ ਕਰਦੇ ਹਾਂ ਪ੍ਰਭਸਿਮਰਨ ਚੈਨਲ ਵਾਈ 'ਚ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਪਹਿਲਾ ਰਿਐਕਸ਼ਨ ਤੁਹਾਡਾ ਕੀ ਰਹੇਗਾ ਕਿ ਵੱਡੀ ਬੋਲੀ ਪ੍ਰਭਸਿਮਰਨ ਜਿਹਨੂੰ ਅਜੇ ਸਿਰਫ ਰਣਜੀ ਵੀ ਨਹੀਂ ਖੇਲਿਆ ਅਤੇ ਉਸਦੇ ਲਈ ਵੱਖ ਵੱਖ ਟੀਮਾਂ ਜਿਹੜੀਆਂ ਸੀ ਉਹ ਉਸ 'ਚ ਲੜ ਰਹੀਆਂ ਸਨ ਕਿ ਨਹੀਂ ਪ੍ਰਭਸਿਮਰਨ ਸਾਡੀ ਟੀਮ ਸਾਡੇ ਪਾਲੇ 'ਚੋਂ ਖੇਡੇ ਹਾਂਜੀ ਬਸ ਇਹੀ ਹੈ ਕਿ ਉਹਨਾਂ ਨੇ ਮੇਰੇ 'ਤੇ ਟਰੱਸਟ ਕੀਤਾ ਕੋਸ਼ਿਸ਼ ਇਹੀ ਰਹੂਗੀ ਕਿ ਹੁਣ ਮੈਂ ਉਹਨਾਂ ਦਾ ਟਰੱਸਟ ਬਣਾ ਅਤੇ ਉਹਨਾਂ ਨੂੰ ਹੋਪ ਕਰਦਾ ਕਿ ਉਹਨਾਂ ਨੂੰ ਵਧੀਆ ਪਰਫੋਰਮ ਕਰਕੇ ਜਿਤਾਵਾਂ ਅਤੇ IPL ਬਹੁਤ ਵੱਡਾ ਪਲੇਟਫਾਰਮ ਹੈ ਅਤੇ ਇੱਥੇ ਵਧੀਆ ਪਰਫੋਰਮ ਕਰਕੇ ਅੱਗੇ ਵੀ ਸਿਲੈਕਟ ਹੋਣਾ ਕਿਸ ਤਰ੍ਹਾਂ ਦਾ ਤੁਸੀਂ ਪ੍ਰਭਸਿਮਰਨ ਸਮਝਦੇ ਹੋ ਕਿ ਜਦੋਂ ਅਭੀ ਸਿਲੈਕਸ਼ਨ ਜਦੋਂ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਤੁਸੀਂ ਦੋ ਟਰੋਫੀਆਂ ਖੇਲ ਕੇ ਆਏ ਹੈਗੇ ਹੋ ਇੱਕ ਅੰਡਰ 19 ਖੇਲ ਕੇ ਆਏ ਹੋ ਹੈ ਨਾ ਅਤੇ ਉਦੋਂ ਜਦੋਂ ਤੁਸੀਂ ਖੇਡੇ ਦਿਮਾਗ 'ਚ ਸੀ ਕਿ IPL ਦੇ ਵਿੱਚ ਸਿਲੈਕਸ਼ਨ ਹੋ ਜੂਗੀ ਹਾਂਜੀ ਅੰਡਰ 19 ਏਸ਼ੀਆ ਕੱਪ ਦਾ ਜਿਹੜਾ ਸਾਡਾ ਫਾਈਨਲ ਸੀਗਾ ਉਹ ਲਾਈਵ ਆਇਆ ਸੀਗਾ ਅਤੇ ਉਸ 'ਚ ਸੀਗਾ ਵੀ ਜੇ ਚੰਗਾ ਕਰਾਂਗੇ ਤਾਂ ਦੇਖਣਗੇ ਸਾਨੂੰ ਅਤੇ ਉਸ 'ਚ ਵਧੀਆ ਵੀ ਹੋਇਆ ਸੀਗਾ 62 ਨੋਟ ਆਊਟ ਸੀਗਾ ਮੇਰਾ ਉਹ 'ਚ ਅਤੇ ਬਹੁਤ ਵਧੀਆ ਸੀਗਾ ਉਹ ਫਾਸਟੈਸਟ ਸੀਗਾ ਨਾਲੇ 33 ਬਾਲਸ ਕੁਛ ਸੀਗਾ ਅਤੇ ਉਸ ਟਾਈਮ ਸੀਗਾ ਵੀ ਚੰਗਾ ਕਰਾਂਗਾ ਤਾਂ ਹੋਊਗਾ ਅਤੇ ਉਸ ਤੋਂ ਬਾਅਦ ਫਿਰ ਕਿੰਗਸ 11 ਨੇ ਟ੍ਰਾਇਲਸ 'ਤੇ ਬੁਲਾਏ ਸੀ ਆਪਣੇ ਉੱਥੇ ਦੋ ਮੈਚ ਖੇਲਿਆ ਮੈਂ ਇੱਕ 'ਚ 29 ਬਾਲਸ 50 ਸੀਗੀ ਇੱਕ 'ਚ 30 ਬਾਲਸ 50 ਸੀਗੀ ਅਤੇ ਫਿਰ ਉਸ ਸਮੇਂ ਸੀਗਾ ਵੀ ਹਾਂ ਹੈਗਾ ਚਾਂਸ ਹੁਣ ਵੀ ਲੈਣਗੇ ਬਟ ਇੰਨੀ ਉਮੀਦ ਨਹੀਂ ਸੀ ਕਿ ਇੰਨਾ ਵੱਧ ਚੜ੍ਹ ਕੇ ਲੈਣਗੇ ਬੇਸ ਪ੍ਰਾਈਜ਼ ਜੇ ਤੁਹਾਡਾ 20 ਲੱਖ ਰੁਪਏ ਹੈਗਾ ਸੀ ਅਤੇ ਤੁਹਾਨੂੰ ਜਿਹੜਾ ਹੈਗਾ ਕਿੰਗਸ 11 ਨੇ 4,80,00,000 ਦੇ ਵਿੱਚ ਜਿਹੜਾ ਹੈਗਾ ਆਪਣੀ ਟੀਮ ਵਾਸਤੇ ਚੈਨ ਕੀਤਾ ਉਮੀਦ ਸੀ ਕਿ 20 ਲੱਖ ਤੋਂ 4 ਕਰੋੜ ਦਾ ਜਿਹੜਾ ਫਾਸਲਾ ਉਹ ਇੰਨੀ ਛੇਤੀ ਪੂਰਾ ਹੋ ਜਾਊਗਾ ਨਹੀਂ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਮੈਨੂੰ ਇੰਨਾ ਕੁ ਸੀਗਾ ਵੀ ਵੱਧ ਤੋਂ ਵੱਧ 20 ਲੱਖ ਬੇਸ ਪ੍ਰਾਈਜ਼ 'ਚ ਲੈ ਲੈਣਗੇ ਨਹੀਂ 40 ਲੱਖ ਤੱਕ ਜਾਣਗੇ ਬਟ ਜੋ ਵੀ ਹੁੰਦਾ ਵਧੀਆ ਹੀ ਹੁੰਦਾ ਅਤੇ ਹੁਣ ਉਹਨਾਂ ਨੇ ਮੇਰੇ 'ਤੇ ਟਰੱਸਟ ਕੀਤਾ ਮੈਂ ਹੀ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਵਧੀਆ ਪਰਫੋਰਮ ਕਰਕੇ ਜਿਤਾਵਾਂ ਸਾਰੇ ਮੈਂ ਅਨਮੋਲ ਪ੍ਰੀਤ ਵੀ ਤੁਹਾਡੇ ਚਚੇਰੇ ਬ੍ਰਦਰ ਨੇ ਤੁਹਾਡੇ ਤਾਇਆ ਜੀ ਦੇ ਲੜਕੇ ਨੇ ਕਿਸ ਤਰ੍ਹਾਂ ਦਾ ਅਨਮੋਲ ਪ੍ਰੀਤ ਦੇ ਨਾਲ ਤੁਸੀਂ ਮਤਲਬ ਕਦੋਂ ਤੋਂ ਖੇਡਦੇ ਆਏ ਹੋ ਛੋਟੇ ਹੁੰਦੇ ਤੋਂ ਜਿਵੇਂ ਪਤਾ ਕਿ ਖੇਡਦੇ ਹਾਂ ਕਿਸ ਤਰ੍ਹਾਂ ਦੀ ਤੁਹਾਡੀ ਦਿਨ ਚੜਿਆ ਰਹਿੰਦੀ ਹੈ ਕ੍ਰਿਕਟ ਦੇ ਪ੍ਰਤੀ ਹਾਂਜੀ ਅਸੀਂ ਇਕੱਠੇ ਖੇਡਦੇ ਆਏ ਹਾਂ ਬਸ ਉਹਨੇ ਕ੍ਰਿਕਟ ਪਹਿਲਾਂ ਸ਼ੁਰੂ ਕੀਤੀ ਸੀਗੀ ਅਤੇ ਉਹਨੂੰ ਦੇਖਦੇ ਅਸੀਂ ਸ਼ੁਰੂ ਕੀਤੀ ਹੈ ਕ੍ਰਿਕਟ ਅਤੇ ਹੁਣ ਕਾਫੀ ਟਾਈਮ ਅਸੀਂ ਜਦ ਵੀ ਘਰੇ ਹੁੰਦੇ ਹਾਂ ਅਸੀਂ ਇਕੱਠੇ ਹੁੰਦੇ ਹਾਂ ਆਲਮੋਸਟ ਅਤੇ ਇਕੱਠੇ ਖੇਲਣ ਜਾਂਦੇ ਹਾਂ ਪ੍ਰੈਕਟਿਸ ਕਰਨੀ ਇਕੱਠੇ ਜਾਣਾ ਜੇ ਘੁੰਮਣ ਵੀ ਜਾਣਾ ਇਕੱਠੇ ਜਾਣਾ ਅਤੇ ਉਸ ਵੇਲੇ ਫਿਰ ਜਦ ਪ੍ਰੈਕਟਿਸ ਕਰਦੇ ਹਾਂ ਸਵੇਰੇ ਆਪਣੀ ਟ੍ਰੇਨਿੰਗ ਵਗੈਰਾ ਉਸ ਤੋਂ ਬਾਅਦ ਦੁਪਹਿਰੇ ਪ੍ਰੈਕਟਿਸ ਸ਼ਾਮ ਨੂੰ ਪ੍ਰੈਕਟਿਸ ਬਸ ਇਸ 'ਚ ਦਿਨ ਲੰਘ ਜਾਂਦਾ ਸੀ ਤਾਇਆ ਜੀ ਜਿਵੇਂ ਕਿ ਤੁਹਾਡੇ ਸਪੋਰਟਸ ਨਾਲ ਰਿਲੇਟਡ ਵੀ ਹੈਗੇ ਆ ਸਪੋਰਟਸ ਦੇ ਲਈ ਉਹਨਾਂ ਨੇ ਪੰਜਾਬ ਦੇ ਲਈ ਵੀ ਕਾਫੀ ਕੁਝ ਕੀਤਾ ਹੈਗਾ ਜਦੋਂ ਮੇਰੇ ਨਾਲ ਗੱਲ ਹੁੰਦੀ ਸੀ ਉਹ ਹਮੇਸ਼ਾ ਹੀ ਕਹਿੰਦੇ ਸੀ ਕਿ ਮੇਰੇ ਦੋਨੋਂ ਬੇਟੇ ਕਦੇ ਨਾ ਕਦੇ ਇੰਡੀਅਨ ਟੀਮ ਖੇਡਣਗੇ ਪਿਛਲੇ ਸਾਲ ਦੀ ਗੱਲ ਕਰੀ ਤਾਂ ਪਿਛਲੇ ਸਾਲ ਵੀ ਜਦੋਂ IPL ਦੇ ਵਿੱਚ ਅਨਮੋਲ ਦਾ ਚੈਨ ਨਹੀਂ ਹੋਇਆ ਸੀ ਤਾਂ ਪਰਿਵਾਰ ਦੇ ਵਿੱਚ ਕਾਫੀ ਮਾਯੂਸੀ ਸੀ ਸੇਮ ਇਸੇ ਵਾਰੀ ਜਦੋਂ ਅਨਮੋਲ ਦਾ ਚੈਨ ਹੋ ਗਿਆ ਸੀ ਤਾਂ ਪ੍ਰਭਸਿਮਰਨ ਦਾ ਨਹੀਂ ਹੋਇਆ ਸੀ ਤਾਂ ਪਰਿਵਾਰ ਵਿੱਚ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਸੀ ਬਸ ਇਹੀ ਸੀ ਪਹਿਲਾਂ ਅਨਮੋਲ ਦੀ ਤਾਂ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਉਸ ਤੋਂ ਬਾਅਦ ਕਿਉਂਕਿ ਅਨਮੋਲ ਦਾ 34th ਨੰਬਰ ਸੀਗਾ ਅਤੇ ਮੇਰਾ ਸੀਗਾ 216 ਅਤੇ ਕਾਫੀ ਗੈਪ ਸੀਗਾ ਵਿੱਚ ਅਤੇ ਜਿੰਨੀ ਦੇਰ ਗੈਪ ਸੀ ਉਨੀ ਟੈਨਸ਼ਨ ਸੀਗੀ ਵੀ ਹੋਊਗਾ ਕਿ ਨਹੀਂ ਹੋਊਗਾ ਬਟ ਉਮੀਦ ਸੀ ਹੋਊਗਾ ਬਟ ਜੋ ਹੋਇਆ ਵਧੀਆ ਹੋਇਆ ਕਿ ਹੁਣ ਕੀ ਉਮੀਦਾਂ ਤੁਹਾਨੂੰ ਲੱਗਦੀਆਂ ਹੈਗੀਆਂ ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ ਰਣਜੀ ਅਜੇ ਤੱਕ ਨਹੀਂ ਖੇਲੀ ਹੈਗੀ ਹੈ ਤੁਹਾਨੂੰ ਲੱਗਦਾ ਕਿ ਜੇਕਰ IPL ਦੇ ਵਿੱਚ ਵਧੀਆ ਤੁਸੀਂ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਡੇ ਵਾਸਤੇ ਇੰਡੀਅਨ ਟੀਮ ਦੇ ਦਰਵਾਜ਼ੇ ਆ ਉਹ ਜਲਦ ਖੁੱਲ੍ਹ ਸਕਦੇ ਆ ਹਾਂਜੀ IPL ਬਹੁਤ ਵੱਡਾ ਪਲੇਟਫਾਰਮ ਹੈ ਇੱਥੋਂ ਕਾਫੀ ਪਲੇਅਰ ਨਿਕਲੇ ਨੇ ਜਿਵੇਂ ਰਿਸ਼ਭ ਪੰਤ ਹਾਰਦਿਕ ਪਾਂਡਿਆ ਬੁਮਰਾਹ ਅਤੇ ਬਸ ਇਹੀ ਹੈ ਕਿ ਇਹ ਪਲੇਟਫਾਰਮ ਬਹੁਤ ਵਧੀਆ ਇੱਥੇ ਵਧੀਆ ਕਰਨਾ ਜਿੰਨਾ ਹੋ ਸਕੇ ਆਪਣੀ ਟੀਮ ਨੂੰ ਵੀ ਜਿਤਾਉਣਾ ਅਤੇ ਫਿਰ ਦਰਵਾਜ਼ੇ ਖੁੱਲ੍ਹ ਜਾਣਗੇ ਜਲਦੀ ਸਾਡੇ ਨਾਲ ਪ੍ਰਭਸਿਮਰਨ ਦੇ ਮਦਰ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਂਟੀ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਪ੍ਰਭਸਿਮਰਨ ਦਾ ਜਿਹੜਾ ਚੈਨ ਉਹ ਕਿੰਗਸ 11 ਪੰਜਾਬ ਦੇ ਲਈ ਹੋਇਆ ਹਾਂਜੀ ਥੈਂਕ ਯੂ ਜੀ ਕੀ ਕਹੋਗੇ ਪਹਿਲਾ ਰਿਐਕਸ਼ਨ ਕੀ ਹੈ ਪਰਿਵਾਰ ਦਾ ਜੀ ਬਹੁਤ ਖੁਸ਼ੀ ਹੋਈ ਜੀ ਬਹੁਤ ਜ਼ਿਆਦਾ ਖੁਸ਼ ਨੇ ਸਾਡੀ ਫੈਮਿਲੀ ਬਹੁਤ ਜ਼ਿਆਦਾ ਖੁਸ਼ ਹੈ ਕਿ ਸਾਡੇ ਬੱਚਿਆਂ 'ਤੇ ਟੀਮਾਂ ਨੇ ਆਪਣਾ ਵਿਸ਼ਵਾਸ ਦਿਖਾਇਆ ਤਾਂ ਇਹ ਉਹਨਾਂ ਦੇ ਵਿਸ਼ਵਾਸ 'ਤੇ ਖਰੇ ਉਤਰਨ ਜਦੋਂ ਅਨਮੋਲ ਦਾ ਸਿਲੈਕਸ਼ਨ ਹੋ ਗਿਆ ਸੀ ਤਾਂ ਕਹਿੰਦੇ ਕਿ ਉਸ ਸਮੇਂ ਪਰਿਵਾਰ ਦੇ ਵਿੱਚ ਤਕਰੀਬਨ ਸਾਰਿਆਂ ਦਾ ਦਿਲ ਧੱਕ ਧੱਕ ਕਰ ਰਿਹਾ ਸੀ ਕਿ ਪ੍ਰਭਸਿਮਰਨ ਦੇ ਲਈ ਕਿ ਪ੍ਰਭਸਿਮਰਨ ਦਾ ਕਦੋਂ ਨੰਬਰ ਆਏਗਾ ਹਾਂਜੀ ਹਾਂਜੀ ਇਹਨਾਂ 'ਚ ਬਹੁਤ ਗੈਪ ਸੀਗਾ ਤਾਂ ਉਨੇ ਟਾਈਮ ਲਈ ਬਹੁਤ ਜ਼ਿਆਦਾ ਟੈਨਸ਼ਨ ਦਾ ਮਾਹੌਲ ਸੀਗਾ ਬੱਚੇ ਸਾਡੇ ਸਾਰੇ ਬਹੁਤ ਸਾਰੇ ਬੱਚੇ ਗਲੀ ਵਾਲੇ ਵੀ ਸਾਰੇ
ਕਹਿੰਦੇ ਨੇ ਆਉਣਗੇ ਹੀ ਆਉਣਗੇ ਦੋਨੋਂ ਵੀਰੇ ਇਕੱਠੇ ਹੀ ਆਉਣਗੇ ਪਤਾ ਨਹੀਂ ਕਿਉਂ ਬੱਚਿਆਂ ਦੇ ਮਨ 'ਚ ਇੰਨੀ ਜ਼ਿਆਦਾ ਉਹ ਸੀ ਕਿ ਅਸੀਂ ਦੋਨੋਂ ਭਰਾਵਾਂ ਨੂੰ ਇਕੱਠਿਆਂ ਨੂੰ ਖੇਡਦੇ ਦੇਖਣਾ ਚਾਹੁੰਦੇ ਹਾਂ ਅੰਕਲ ਜੀ ਜਿਹੜੇ ਤਾਇਆ ਜੀ ਜਿਹੜੇ ਇਹਨਾਂ ਦੇ ਹੈਗੇ ਆ ਉਹਨਾਂ ਨੂੰ ਤੱਕ ਇੰਨਾ ਜ਼ਿਆਦਾ ਮਤਲਬ ਵਿਸ਼ਵਾਸ ਸੀ ਕਿ ਜਦੋਂ ਇੱਕ ਦੀ ਸਿਲੈਕਸ਼ਨ ਹੋਈ ਤਾਂ ਡੱਬੇ ਦੋ ਘਰ ਆਏ ਸੀ ਦੋ ਹਾਂਜੀ ਉਹ ਗੁਰਦੁਆਰਾ ਸਾਹਿਬ ਵਾਸਤੇ ਡੱਬੇ ਲੈ ਕੇ ਉਹ ਵੱਡੇ ਡੱਬੇ ਇੱਕ ਅਨਮੋਲ ਵਾਸਤੇ ਅਤੇ ਇੱਕ ਇਹਦਾ ਵੀ ਨਾਲ ਹੀ ਲੈ ਕੇ ਆਏ ਕਹਿੰਦੇ ਉਹਦੀ ਵੀ ਹੋਣੀ ਹੈ ਕਹਿੰਦੇ ਇਹ ਨਹੀਂ ਆ ਵੀ ਨਹੀਂ ਹੋਣੀ ਪੂਰਾ ਵਿਸ਼ਵਾਸ ਸੀ ਜੀ ਉਹਨਾਂ ਨੂੰ ਅੱਛਾ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਦੋ ਬੱਚੇ ਸਿਲੈਕਟ ਹੋ ਗਏ ਇੱਕ ਰਹਿ ਗਿਆ ਇੱਕ ਅਗਲੀ ਵਾਰੀ ਵਾਹਿਗੁਰੂ ਜੀ ਕਿਰਪਾ ਕਰਦੇ ਤਾਂ ਉਹ ਵੀ ਸਿਲੈਕਸ਼ਨ ਹੁੰਦੀ ਹੈ ਹੁਣ ਫਿਲਹਾਲ ਕਿਸ ਤਰ੍ਹਾਂ ਦਾ ਤੁਸੀਂ ਸੋਚਦੇ ਹੋ ਦੋਨਾਂ ਬੱਚਿਆਂ ਤੋਂ ਕੀ ਉਮੀਦ ਰੱਖਦੇ ਹੋ ਹਾਂਜੀ ਅਸੀਂ ਦੋਨਾਂ ਬੱਚਿਆਂ ਤੋਂ ਹੀ ਇੰਨਾ ਹੈਗਾ ਕਿ ਇਹ ਦੋਨੋਂ ਬੱਚੇ ਆਪਣੀਆਂ ਟੀਮਾਂ ਲਈ ਬਹੁਤ ਵਧੀਆ ਪਰਫੋਰਮ ਕਰਨਗੇ ਅਤੇ ਆਪਣੀਆਂ ਟੀਮਾਂ ਦੇ ਨਾਮ ਰੋਸ਼ਨ ਕਰਨਗੇ ਬਿਲਕੁਲ ਬਿਲਕੁਲ ਟੀਮਾਂ ਦਾ ਨਾਮ ਰੋਸ਼ਨ ਕਰ ਪ੍ਰਭਸਿਮਰਨ ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਕਿ IPL ਤੁਸੀਂ ਖੇਡਦੇ ਹੋ IPL ਦੇ ਵਿੱਚ ਤੁਹਾਡਾ ਕਿਹੜਾ ਮਤਲਬ ਕਿ ਓਪਨਿੰਗ ਤੁਸੀਂ ਕਰਦੇ ਹੈਗੇ ਹੋ ਕੀ ਸੋਚ ਰੱਖਦੇ ਹੋ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਤੁਹਾਡਾ ਕੀਤਾ ਜਾਵੇ ਜਿਹੜਾ ਉਹ ਯਾਦਗਾਰ ਜਿਹੜਾ ਬਣ ਜਾਵੇ ਹਾਂਜੀ ਮੇਰੀ ਹਰ ਮੈਚ 'ਚ ਇਹੀ ਕੋਸ਼ਿਸ਼ ਹੋਊਗੀ ਕਿ ਮੈਂ ਹਰ ਮੈਚ ਆਪਣੀ ਟੀਮ ਨੂੰ ਜਿਤਾਵਾਂ ਅਤੇ ਤਾਂ ਕਿ ਮੈਨੂੰ ਯਾਦ ਰੱਖਣ ਤਾਂ ਕਿ ਅਗਲੇ ਸਾਲਾਂ ਵਾਸਤੇ ਵੀ ਉਹਨਾਂ ਨੂੰ ਮੇਰੇ 'ਤੇ ਐਡਾ ਵਿਸ਼ਵਾਸ ਹੋਵੇ ਅਤੇ ਮੈਨੂੰ ਰਿਟੇਨ ਕਰੀ ਹੈ ਬਿਲਕੁਲ ਰਿਟੇਨ ਕਰਨ ਪੰਜਾਬ ਵੱਲੋਂ ਖੇਡੋ ਸਾਨੂੰ ਵੱਡੀ ਗੱਲ ਇਹ ਹੈਗੀ ਆ ਪੰਜਾਬ ਨਾਲ ਰਿਲੇਟਿਡ ਉਹ ਪੰਜਾਬ ਵੱਲੋਂ ਖੇਡੋ ਕਿਉਂਕਿ ਹਰ ਹਮੇਸ਼ਾ ਹੀ ਰਹਿੰਦਾ ਹੈਗਾ ਕਿ ਜਦੋਂ ਵੀ ਇੱਕ ਪੰਜਾਬੀ ਜਦੋਂ ਆਪਣੇ ਪੰਜਾਬ ਵੱਲੋਂ ਨੁਮਾਇੰਦਗੀ ਕਰਦਾ ਤਾਂ ਇੱਕ ਉਸਦੀ ਮਤਲਬ ਅਲੱਗ ਹੀ ਆਪਣਾ ਜਿਹੜੀ ਹੈਗੀ ਆ ਉਹ ਚਾਹਤ ਰਹਿੰਦੀ ਆ ਹਾਂਜੀ ਬਸ ਇਹੀ ਸੀਗਾ ਮੇਰਾ ਸ਼ੁਰੂ ਤੋਂ ਹੀ ਸੀਗਾ ਵੀ ਜਦ ਮੈਂ IPL ਸਿਲੈਕਟ ਹੋਵਾਂ ਪੰਜਾਬ ਵੱਲੋਂ ਹੋਵਾਂ ਕਿਉਂਕਿ ਇੱਕ ਤਾਂ ਉਹ ਮੇਰੀ ਫੇਵਰੇਟ ਟੀਮ ਹੈ ਉਸ ਤੋਂ ਦੂਸਰਾ ਮੈਂ ਵੀ ਪੰਜਾਬੀ ਹਾਂ ਅਤੇ ਕਾਫੀ ਮਤਲਬ ਸੀਗਾ ਵੀ ਪੰਜਾਬ 'ਚ ਹੀ ਹੋਵਾਂ ਅਤੇ ਹੁਣ ਇਹੀ ਹੈ ਬਸ ਜਿਤਾਉਣਾ ਉਹਨਾਂ ਨੂੰ ਜਿਵੇਂ ਮਰਜ਼ੀ ਕਰਕੇ ਯੁਵਰਾਜ ਸਿੰਘ ਨੂੰ ਮੇਰੇ ਖਿਆਲ 'ਤੇ 1 ਕਰੋੜ ਦੇ ਕਰੀਬ ਸ਼ਾਇਦ ਬੋਲੀ 'ਤੇ ਉਸਨੂੰ ਉਹਨਾਂ ਜਿਹੜਾ ਟੀਮ ਵੱਲੋਂ ਸਿਲੈਕਟ ਕੀਤਾ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਉਹ ਇੱਕ ਉਹ ਪਲੇਅਰ ਜਿਸ ਨੂੰ ਆਈ ਥਿੰਕ ਹਿਸਟਰੀ ਦੇ ਵਿੱਚ IPL ਹਿਸਟਰੀ ਦੇ ਵਿੱਚ 11 ਕਰੋੜ ਤੋਂ ਵੱਧ ਦੀ ਬੋਲੀ ਦੇ ਕੇ ਉਸ ਯੁਵਰਾਜ ਸਿੰਘ ਨੂੰ ਚੈਨ ਕੀਤਾ ਗਿਆ ਸੀ ਅੱਜ ਉਸਦੀ ਜਿਹੜੀ ਬੋਲੀ ਹੈਗੀ ਉਹ 1 ਕਰੋੜ ਰੁਪਇਆ ਰਹਿ ਗਈ ਹੈ ਅਤੇ ਤੁਹਾਡੀ 4.80 ਕਰੋੜ ਕਦੀ ਇਸ ਤਰ੍ਹਾਂ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਨਹੀਂ 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 ਉਹ ਭਾਅ ਜੀ ਦੀ ਤਾਂ ਐਵੇਂ ਹੈ ਵੀ ਜਿੰਨੇ ਮਰਜ਼ੀ 'ਚ ਖਰੀਦਣ ਬਟ ਉਹਨਾਂ ਨੇ ਚੰਗਾ ਹੀ ਕਰਨਾ ਅਤੇ ਉਮੀਦ ਵੀ ਕਰਦੇ ਹਾਂ ਚੰਗਾ ਕਰਨਗੇ ਅਤੇ ਬਸ ਇਹੀ ਹੈ ਕਿ ਇਹੋ ਜਿਹੀ ਤਾਂ ਕੋਈ ਗੱਲ ਕਦੇ ਦਿਮਾਗ 'ਚ ਨਹੀਂ ਆਈ ਅਤੇ ਭਾਅ ਜੀ ਦਾ ਕੋਈ ਮੁਕਾਬਲਾ ਵੀ ਨਹੀਂ ਹੈਗਾ ਮੇਰੀ ਗੱਲ ਹੋਈ ਸੀ ਇੱਕ ਵਾਰੀ ਉਹਨਾਂ ਨਾਲ ਅਤੇ ਉਹਨਾਂ ਨੇ ਮੈਨੂੰ ਇੱਕ ਬੜੀ ਵਧੀਆ ਗੱਲ ਸਮਝਾਈ ਕਹਿੰਦੇ ਕਦੇ ਵੀ ਗਿਵ ਅਪ ਨਹੀਂ ਕਰਨਾ ਬਸ ਉਹਨਾਂ ਨੇ ਆ ਕਿਹਾ ਅਤੇ ਮੈਂ ਕੋਸ਼ਿਸ਼ ਕਰਦਾ ਕਿ ਕਦੇ ਗਿਵ ਅਪ ਨਾ ਕਰਾਂ ਅਤੇ ਨਹੀਂ ਕਰੂੰਗਾ ਵੀ ਨਹੀਂ ਅਨਮੋਲ ਦੇ ਨਾਲ ਕੋਈ ਐਸਾ ਪਲ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕੋ ਕਿ ਜਦੋਂ ਤੁਸੀਂ ਛੋਟੇ ਹੁੰਦੇ ਜਿਵੇਂ ਹੁਣ ਤੱਕ ਖੇਡਦੇ ਆਏ ਹੋ ਕੁਛ ਨਵੀਂ ਤਕਨੀਕ ਉਹਨਾਂ ਨੇ ਤੁਹਾਨੂੰ ਦਿੱਤੀ ਹੋਵੇ ਜਾਂ ਕੋਈ ਐਸੀ ਮਤਲਬ ਹਾਸੇ ਮਜ਼ਾਕ ਵਾਲੀ ਕੋਈ ਥੋੜ੍ਹੀ ਆਪਸ ਜਿਹੜੀ ਕੋਈ ਗੱਲ ਹੈ ਜਿਹੜੀ ਸਾਡੇ ਨਾਲ ਸ਼ੇਅਰ ਕਰ ਸਕੋ ਨਹੀਂ ਬਸ ਇਹੀ ਹੈ ਕਿ ਅਸੀਂ ਸ਼ੁਰੂ ਤੋਂ ਇਕੱਠੇ ਖੇਡ ਰਹੇ ਹਾਂ ਜਦ ਵੀ ਮਤਲਬ ਕੋਈ ਗਲਤ ਸ਼ਾਟ ਜਾਂ ਕੁਛ ਵੀ ਖੇਡਦੇ ਹੋਏ ਉਹ ਕਾਫੀ ਕੁਛ ਸਮਝਾਉਂਦੇ ਸੀਗੇ ਅਤੇ ਵੀ ਇਹੀ ਹੈ ਕਿ ਕਾਫੀ ਉਹਨਾਂ ਨੇ ਹੈਲਪ ਕੀਤੀ ਹੈ ਟੈਕਨੀਕਲੀ ਵੀ ਅਤੇ ਮੈਂਟਲੀ ਵੀ ਬਹੁਤ ਉਹਨਾਂ ਨੇ ਹੈਲਪ ਕੀਤੀ ਹੈ ਧੋਨੀ ਨੂੰ ਅਤੇ ਗਿਲਕ੍ਰਿਸ਼ ਨੂੰ ਤੁਸੀਂ ਆਪਣਾ ਆਈਕੋਨ ਸਮਝਦੇ ਹੋ ਜਦੋਂ ਧੋਨੀ ਦੂਜੀ ਟੀਮ 'ਚ ਖੇਡ ਰਹੇ ਹੋਣਗੇ ਅਤੇ ਤੁਸੀਂ ਪੰਜਾਬ ਵੱਲੋਂ ਵਿਕਟ ਕੀਪਰ ਕਰ ਰਹੇ ਹੋਗੇ ਉਸ ਸਮੇਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਮਨ ਦੇ ਵਿੱਚ ਰਹੂਗਾ ਨਹੀਂ ਨੋਰਮਲ ਹੋਊਗਾ ਗਰਾਊਂਡ ਦੇ ਵਿੱਚ ਸਾਰੇ ਇੱਕੋ ਨੇ ਬਸ ਇਹ ਸੀ ਧੋਨੀ ਭਾਅ ਜੀ ਨੂੰ ਮੈਂ ਪਹਿਲਾਂ ਵੀ ਮਿਲਿਆ ਹੋਇਆ NCA ਕੈਂਪ 'ਚ ਅਤੇ ਉਹਨਾਂ ਨੇ ਕਾਫੀ ਕੁਛ ਸਮਝਾਇਆ ਸੀਗਾ ਅਤੇ ਮਤਲਬ ਕਾਫੀ ਖੁਸ਼ੀ ਹੋਈ ਉਹਨਾਂ ਨੇ ਮੈਨੂੰ ਟਿਪਸ ਦਿੱਤੇ ਅਤੇ ਮੈਂ ਬਹੁਤ ਖੁਸ਼ ਹਾਂ IPL ਦੀ ਤਿਆਰੀ ਕਦੋਂ ਤੋਂ ਸਟਾਰਟ ਹੋਣ ਜਾ ਰਹੀ ਹੈ ਬਸ ਤਿਆਰੀਆਂ ਸਟਾਰਟ ਹੀ ਨੇ ਜੀ ਅੱਜ ਤੋਂ ਹੀ ਸਟਾਰਟ ਨੇ ਕਿਉਂਕਿ ਹਲੇ ਫਿਲਹਾਲ ਆਪਣੇ ਰੈੱਡ ਬਾਲ ਕ੍ਰਿਕਟ ਚੱਲ ਰਹੀ ਹੈ ਰੈੱਡ ਬਾਲ ਕ੍ਰਿਕਟ ਖਤਮ ਹੁੰਦੀ ਹੈ ਅਸੀਂ ਵਾਈਟ ਬਾਲ ਕ੍ਰਿਕਟ ਸ਼ੁਰੂ ਕਰਾਂਗੇ ਅਤੇ ਜਦ ਟਾਈਮ ਮਿਲੂਗਾ ਫਰੀ ਟਾਈਮ ਉਹ 'ਚ ਆਪਾਂ ਵਾਈਟ ਬਾਲ ਦੀ ਤਿਆਰੀ ਕਰਾਂਗੇ ਸਿਲੈਕਸ਼ਨ ਤੋਂ ਬਾਅਦ ਕਿੰਗਸ 11 ਪੰਜਾਬ ਵੱਲੋਂ ਤੁਹਾਨੂੰ ਕੋਈ ਫੋਨ ਆਇਆ ਹੋਵੇ ਨਹੀਂ ਮੈਨੂੰ ਕੋਚ ਦਾ ਆਇਆ ਸੀ ਜਿਹੜਾ ਮਾਈਕ ਹੇਜ਼ਨ ਉਹਨਾਂ ਨੇ ਵੈਲਕਮ ਕਿਹਾ ਵੀ ਵੈਲਕਮ ਟੂ ਕਿੰਗਸ 11 ਟੀਮ ਹੋਪ ਯੂ ਡੂ ਵੈਲ ਇਨ ਫਰੰਟ ਸੀਜ਼ਨ ਯਾ ਮੈਂ ਥੈਂਕਸ ਅਤੇ ਬਸ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਵਧੀਆ ਪਰਫੋਰਮ ਕਰਕੇ ਆਪਣੇ ਪੰਜਾਬ ਨੂੰ ਜਿਤਾਵਾਂ ਅਸੀਂ ਵੀ ਉਮੀਦ ਕਰਾਂਗੇ ਚੈਨਲ ਵਾਈ ਵੀ ਪੂਰਾ ਉਮੀਦ ਕਰੇਗਾ ਜਿਹੜੇ ਹੜੇ ਵਿਦੇਸ਼ਾਂ 'ਚ ਪੰਜਾਬੀ ਬੈਠੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਅਰਦਾਸਾਂ ਨੇ ਤੁਹਾਡੇ ਨਾਲ ਨੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਸਿਤਾਰਕ ਇੰਡੀਅਨ ਟੀਮ ਦਾ ਬਣ ਕੇ ਆਓ ਤਾਂ ਕਿ ਅਸੀਂ ਵੀ ਤੁਹਾਡੇ ਕੋਲ ਦੁਬਾਰਾ ਇੰਟਰਵਿਊ ਕਰਨ ਵਾਸਤੇ ਆ ਸਕੀਏ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਨੂੰ ਪ੍ਰਭਸਿਮਰਨ ਜਿਨ੍ਹਾਂ ਨੇ ਦੱਸਿਆ ਕਿ ਹੁਣ ਟੀਮ ਨੇ ਉਹਨਾਂ ਨੂੰ ਚੁਣ ਲਿਆ ਲੇਕਿਨ ਹੁਣ ਉਹਨਾਂ ਦਾ ਮੇਨ ਮਕਸਦ ਰਹੇਗਾ ਕਿ ਆਪਣੀ ਟੀਮ ਨੂੰ ਕਿਸ ਤਰੀਕੇ ਵਧੀਆ ਪ੍ਰਦਰਸ਼ਨ ਕਰਕੇ ਜਿਤਾਇਆ ਜਾ ਸਕੇ ਪਟਿਆਲਾ ਤੋਂ ਕੈਮਰਾਮੈਨ ਕਮਲ ਦੇ ਨਾਲ ਇੰਦਰਜੀਤ ਬਖਸ਼ੀ ਚੈਨਲ ਵਾਈ ਦੇ ਲਈ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ